ਸਾਸਰੀ ਗਾਲ ਵੀਰ ਜੀ ਮੈਂ ਥਾਰਾ ਗੱਲਾਂ ਗਲਾਕੜ ਪਾਰਮਦੀ ਤੇ ਲਾਡਾ ਕੱਲ ਵਾਸਤਾ ਪਹਿਲਾ ਮਾਫੀ ਵੀਰ ਕੱਲ ਕਹੀਂ ਗਿਆ ਵਾਤਾ ਉੱਠਾ ਲੱਗ ਗਿਆ ਟਾਈਮ ਇਸ ਕਰਕੇ ਸਟੂਡੀਓ ਨਹੀਂ ਆ ਸਕਿਆ ਔਰ ਕੱਲ ਦਾ ਪ੍ਰੋਗਰਾਮ ਵੱਜ ਗਿਆ ਫਰੀਸ ਔਰ ਪੂਪੜਸ ਹੋ ਗਈ ਕੱਲ ਨਾਲੇ ਸੋਗੀ ਤੋ ਔਰ ਵੀਰ ਅੱਜ ਕੇ ਸੋਗੇ ਬਾਤਾਂ ਕਰਾਂਗੇ ਥਾਰੇ ਗੱਲ ਔਰ ਵੀਰ ਕੱਦ ਕਹਰੇ ਰਾਜਾ ਗਿਆ ਦਿੱਲੀ ਫੇਰ ਆਰ ਪੀਐਮ ਮੋਦੀ ਗਿਆ ਲੈ ਮੁਲਾਕਾਤ ਮਾਤਲਿਓ ਕਹਿ ਲਿਓ ਇੱਕ ਪਾਸਾ ਯੋ ਖਬਰ ਆਈ ਵੀਰ ਕੱਲ ਇੱਕ ਅਖਬਾਰ ਕੇ ਵਿੱਚੋਂ ਦੱਸਿਆ ਕਹੇ ਵੀ ਜਾ ਰਿਹਾ ਹੱਥ ਮਿਲਣਾ ਔਰ ਕਿਆ ਬਾਤ ਕਰ ਕਹੇਗਾ ਇਸकी ਰਿਪੋਰਟ ਹਲੇ ਤੱਕ ਪਰੋਸਯੁਗ ਸੂਤਰਾ ਦੇ ਮਿਲ ਨਹੀਂ ਦੀ ਸੂਤਰਾ ਇਹਨਾਂ ਪਤਾ ਲਾ ਦੇ ਦੱਸਾਂ ਕੁਛ ਕਰਾਂ ਕੁਛ ਯੋ ਮਾਤਰੀ ਪਰ ਉੱਥਾਈ ਯੋ ਕਹਿ ਲਓ ਵੀਰ ਜੁਪੀ ਪੁਲਿਸ ਕੇ ਗੈਲ ਮਜ਼ਾਕ ਬਣ ਗਿਆ ਵੀਰ ਗਰਨਾਮ ਚੜੂਨੀ ਦੀ ਬਾਤ ਕਰਾਂ ਵੀਰ ਗਰਨਾਮ ਚੜੂਨੀ ਯੋ ਚੈਲੰਜ ਕਰ ਕਾ ਗਿਆ ਤਾਂ ਕੱਲ ਲਖੀਮਪੁਰ ਖੀਰੀ ਜਾ ਕਾਮ ਮੰਗਾ ਕਾ ਜੋ ਮਰਜੀ ਕਰ ਲਿਓ ਵੀਰ ਆ ਲਖੀਮਪੁਰ ਖੀਰੀ ਸਾਰੇ ਜਿਹੜੇ ਪੀੜਤ ਪਰਿਵਾਰ ਤੇ ਇਹਨਾਂ ਨੂੰ ਮਿਲ ਕਾ ਵੀ ਆ ਗਿਆ ਵੀਰ ਉੱਥਾ ਸਾਰੇ ਜਾ ਕਾ ਆਇਆ ਵੀਰ ਪੁਲਸ ਵਾਲੇ ਵੀਰ ਮੋਬੈਲ ਲਾ ਮਾ ਕਰਨਾਮ ਚੜੁੰਨੇ ਦੀ ਫੋਟੋ ਪਾਈ ਫਿਰੇ ਨਾਕਿਆਂ ਵਾ ਖੜੇ ਪਿੰਡਾਂ ਦੀ ਸੜਕਾ ਰੋਕੀ ਖੜੇ ਵੀ ਕਿੱਥੇ ਲੰਗੇਗਾ ਯੋ ਬਾਬਾ ਯੋ ਬਾਬਾ ਤਾਂ ਆਇਆ ਨਹੀਂ ਵੀਰੋ ਬਾਬੇ ਦਾ ਡੁਪਲੀਕੇਟ ਆ ਗਿਆ ਯੋ ਪੁਲਸ ਵਾਲੇ ਬਾਬਾ ਡੁਪਲੀਕੇਟੇ ਚੱਖੀ ਫਿਰੇ ਦੱਸ ਹੈ ਯੋ ਕਿਆ ਰੋਕ ਲੈਗੇ ਯੋ ਤਾਂ ਜੁਪੀ ਵਾਲਿਆਂ ਕੀ ਇਤਨੀ ਜ਼ਿਆਦਾ ਬੇਇੱਜ਼ਤੀ ਹੋਈ ਗੱਲ ਆ ਦਾ ਜੁਪੀ ਪੁਲਿਸ ਇੰਟੈਲੀਜੈਂਸ ਹੈ ਫੇਰ ਇਸ ਹਿਸਾਬ ਗੱਲ ਤੇ ਯੋ ਬਾਬੇ ਨੂੰ ਫੜਨ ਬਾਤ ਤਾਂ ਉੱਥਾ ਸੀਆਈਡੀ ਲਾਣੀ ਪੈਂਦੀ ਇੰਟੈਲੀਜੈਂਸ ਲਾਣੀ ਪੈਂਦੀ ਵੀ ਬਾਬਾ ਲੰਘ ਇੱਧਰ ਨੂੰ ਗਿਆ ਔਰ ਬਾਬਾ ਯੋ ਗਰਨਾਮ ਚੜੂਨੀ ਕਹਿ ਰਿਹਾ ਕਾ ਜੰਗਲਾਂ ਵਿੱਚ ਲੰਘ ਗਿਆ ਦਾ ਕਾ ਬਸ ਫਾੜੀ ਨਹੀਂ ਹੋਇਆ ਕਿਸੇ ਦੇ ਪਹੁੰਚ ਗਿਆ ਟਿਕਾਣੇ ਪਰ ਹਰ ਵੀਰ ਉੱਥਾ ਨਕਲੀ ਜਿਹੜਾ ਯੋ ਮਾਤਲ ਉਸਕਾ ਹਮਸਾ ਕਲ ਕਾਇਸਾ ਨਕਲੀ ਤੋਂ ਨਹੀਂ ਹਮ ਸਾਕਲ ਜਿਹੜਾ ਗਰਨਾਮ ਚੜੂਨੀ ਦਾ ਈਸ਼ਰਪੁਰ ਸਾਲਾ ਖਿੱਚੀ ਫਿਰਦੇ ਦੱਸ ਮਜ਼ਾਕ ਹੋ ਗਿਆ ਉੱਥਾ ਯੋ ਇਨਕਾ ਜੋ ਪੀਪਲ ਸਾਲਿਆਂ ਦਾ ਆਰ ਵੀਰਾ ਯੋ ਕਹ ਲੋ ਵੀਰਾ ਹੈਰਾਨੀ ਕੀ ਬਾਤ ਰਹੀ ਚਲੋ ਨਵਜੋ ਸਿੱਧੂ ਵਾਲੀ ਗੱਲ ਵੀ ਤੁਹਾਨੂੰ ਸੁਣਾਵਾਗਾ ਨਵਜੋ ਸਿੱਧੂ ਦਾ ਉੱਥਾ ਲਖੀਮਪੁਰ ਕੱਲ ਜਾਣ ਨੂੰ ਤਿਆਰ ਹੋਏ ਤੇ ਸਾਰੇ ਫਨਾ ਧੋਕਾ ਪਰ ਕਹਰੇ ਕੱਲ ਤੱਕ ਕੀ ਬਾਤ ਕਰਾਂ ਵੀ ਨਾ ਤੋ ਸੁਖਬੀਰ ਬਾਦਲ ਇਸਕਾ ਲਖੀਮਪੁਰ ਜਾਣੇਗਾ ਕੋ ਪ੍ਰੋਗਰਾਮ ਨਿਕਲ ਕੇ ਆਇਆ ਨਾ ਕੈਪਟਨ ਮਰਿੰਦਰ ਸਿੰਘ ਮਰਿੰਦਰ ਸਿੰਘ ਤੋਂ ਕੱਲ ਦਿੱਲੀੋਂ ਫਿਰ ਰਿਹਾ ਦਾ ਵੀ ਸ਼ਾਮ ਟਾਈਮ ਔਰ ਹਲੇ ਤੱਕ 인ਕੇ ਹਕਮਾਂ ਨਾ ਕੋ ਟਵੀਟ ਆਇਆ ਔਰ ਯੋ ਸਭ ਤੇ ਵੱਧ ਰੌਲਾ ਪਾ ਰਹੇ ਨੇ ਆਪਾਂ ਕਿਸਾਨਾਂ ਕੇ ਸੈਤੀ ਕਿਸਾਨਾਂ ਕੇ ਸੈਤੀ ਕਿਸਾਨਾਂ ਗੈਲ ਖੜੇ ਔਰ ਬਾਪੂ ਪ੍ਰਕਾਸ਼ ਬਾਦਲ ਕਾ ਛੋਕਰਾ ਸੁਖਵੀਰ ਬਾਦਲ ਔਰ ਸੁਖਵੀਰ ਬਾਦਲ ਇਸਕਾ ਕੋਈ ਬਿਆਨ ਨਹੀਂ ਨਿਕਲ ਕੇ ਆਇਆ ਆਰ ਇਸਕੇ ਗਾਇਲ ਗਾਇਲ ਬਾਪੂ ਬਾਦਲ ਜਿਹੜਾ ਇਹ ਪੰਥ ਰਤਨ ਆਰ ਹੋਰ پتہ ਕਿਹੜੇ ਕਿਹੜੇ ਵਾਰਡ ਲਏ ਬੇ ਬਾਪੂ ਨੇ ਇਹ ਕਹ ਰਿਹਾ ਤਾਂ ਕਾ ਮੈਂ ਕਿਸਾਨਾ ਖਾਤਰ ਜਾਨ ਦੇ ਦਿਆਂਗਾ ਆਪਣੀ ਜਾਨ ਦੇ ਦਿਆਂਗਾ ਮਤਲਬ ਕੁਰਬਾਨੀ ਦੇਣ ਤਿਆਰ ਖਾਤਰ ਉਦਣ ਇਹ ਉੱਥਾ ਬਠਿੰਡੇ ਰੈਲੀ ਕਰੀ ਨਾ ਧਰਨਾ ਦੇ ਆ ਰੈਲੀ ਤੋਂ ਨਖੈਰ ਆਰ ਵੀਰ ਉੱਥਾ ਤੇ ਬਾਪੂ ਬਾਦਲ ਈਬ ਤੱਕ ਨਹੀਂ ਪਹੁੰਚਿਆ ਨਾ ਬੀਬੀ ਬਾਦਲ ਪਹੁੰਚੀ ਆਰ ਬਾਜੀ ਕੌਣ ਮਾਰ ਗਿਆ ਇਸ ਪੂਰੇ ਕੰਮ ਦੇ ਵਿੱਚ ਮਾ ਬਾਜੀ ਮਾਰ ਗਿਆ ਵੀਰ ਜੋ ਕਾਂਗਰਸ ਵਾਲਾ ਖੇਮਾ ਯੋ ਕਹਲੋ ਵੀਰਾ ਕਾਂਗਰਸ ਵਾਲੇ ਸਾਰੇ ਨਾ ਤੋ ਕਾ ਪਹੁੰਚੇ ਬਿਰੁੱਥਾ ਆਰ ਕਹਲਿਓ ਵੀਰਾ ਯੋ ਬਿਆਨ ਨਹੀਂ ਆਇਆ ਬਿਆਨ ਨਹੀਂ ਆਇਆ ਅਰ ਚਲੋ ਮੰਨ ਲਿਓ ਵੀ ਚਲੋ ਪੰਜਾਬ ਵਾਲਿਆਂ ਤੋਂ ਜਾਣ ਨਹੀਂ ਦਿੰਦੇ ਕਹੇ ਪੰਜ ਬੰਦੇ ਜਾਣ ਨਹੀਂ ਸਕਦੇ ਪੰਜ ਬੰਦੇ ਦੇ ਉੱਪਰ ਨਹੀਂ ਬੰਦਾ ਜਾ ਸਕਦਾ ਇਸ ਕਰਾ ਰੋਕਿਆ ਵਾ ਪਰ ਮੈਨੂੰ ਇੱਕ ਬਾਤ ਨਹੀਂ ਸਮਝ ਆ ਵੀ ਕਾਲੀਆਂ ਗੈਲ ਤੋਂ ਈਵ ਯੋ ਹਾਥੀ ਵਾਲਿਆਂ ਨਾਲ ਗੱਠ ਜੋੜ ਪਾਇਆ ਵਾ ਕਰੀਮਪੂਰੀ ਸਾਹਿਬ ਦੀ ਬਾਤ ਕਾ ਲਿਓ ਹੋਰ ਜਿਹੜੇ ਕਿ ਪੁਰਾਣੇ ਆਗੂ ਯੋ ਇਬ ਤੱਕ ਨਾ ਬੀਬੀ ਮਾਇਆਪਤੀ ਦਾ ਕੋਈ ਬਿਆਨ ਆਇਆ ਬਾਤ ਤਾਂ ਜੂਪੀ ਮੇ ਹੀ ਰਹਿ ਰਹੀ ਵੀਰ ਬਾਤ ਤਾਂ ਜੂਪੀ ਕੀ ਉਹ ਉਸਕਾ ਕੋਈ ਬਿਆਨ ਨਹੀਂ ਆਇਆ ਵੀਰਾ ਹਾਕਲੇ ਸਿਆਦ ਦਾ ਉਹ ਚੋਕਰਾ ਮਲੇਮ ਯਾਦਵ ਯੋ ਫਿਰ ਜਾ ਕੇ ਆਇਆ ਗੱਲ ਫਿਰ ਰਹਿਦਾ ਉੱਥਾ ਹੈ ਦੱਸ ਗੱਠ ਜੋੜ ਵਾਲੀ ਬੀਬੀ ਇਸ ਨੇ ਨਹੀਂ ਕੋਈ ਕ ਚੱਕਣ ਚੱਕਿਆ ਫਿਰ ਥੰਮ ਹੋਰ ਕਿਸੇ ਤੇ ਕੀ ਉਮੀਦ ਕਰ ਲੇਗੇ ਵੀਰ ਪੰਜਾਬ ਵਾਲੇ ਤਾਂ ਚਲੋ ਫੇਰ ਬਾਰਡਰਾਂ ਵਾ ਤਾਰਾ ਤੁਰਾ ਟੱਪ ਕਾ ਜਾ ਰਹੇ ਉਧਰ ਜਿਹੜੇ ਉੱਥਾ ਜੂਪੀ ਮਾਂ ਬੈਠੇ ਅਰ ਕਾਲੀਆਂ ਨੂੰ ਇਤਨਾ ਬੜਾ ਸਹਾਰਾ ਹੋ ਜਾਂਦਾ ਜੇ ਮਾਇਆਬਦੀ ਥਾ ਮਾਣ ਜਾਂ ਬਿਆਨ ਦੇ ਦਿੰਦੇ ਵੀ ਚਲੋ ਵੀਰ ਮੈਂ ਵੀ ਆ ਰਿਹਾ ਥਾ ਹੈ ਪਰ ਬੀਬੀ ਨੇ ਕੋਈ ਬਿਆਨ ਨਹੀਂ ਦਿਆ ਵੀਰ ਯੋ ਕਹਿ ਲਓ ਵੀਰ ਬਹੁਤ ਭੀਸਟੀ ਵਾਲਾ ਕੰਮ ਹੋ ਗਿਆ ਅਰ ਹੋਰ ਸੁਣ ਲਿਓ ਜੂਪੀ ਦੇ ਵਿੱਚ ਮਾ ਕਿਸਾਨਾਂ ਦੀ ਲਾਸਾਂ ਇਨਕੇ ਉੱਪਰ ਨੂੰ ਗੱਡੀਆਂ ਲੰਘੀਆਂ ਅਰ ਫਿਰ ਕਾਲੀ ਗੁੱਸਾ ਕਰੇ ਮੇਰੀ ਬਾਤ ਕਾ ਅਰ ਯੋ ਦੇਖ ਲਿਓ ਲੁਧਿਆਣਾ ਦੇ ਵਿੱਚ ਮਾ ਯੋ ਬਾਪੂ ਪ੍ਰਕਾਸ਼ ਮਾਲ ਦਾ ਛੋਕਰਾ ਟਿਕਟ ਟਾ ਬਟਕਾ ਲੱਡੂ ਵੰਡ ਰੇ ਇੱਕ ਲੱਡੂ ਵੰਡਰੇ ਕਾ ਮੁਬਾਰਕਾ ਮੁਬਾਰਕਾ ਕਾ ਤੁਨ ਕੁਰਸੀ ਮੇਰੀ ਬਾਤ ਮਤਲਬ ਯੋ ਕਹ ਲੋ ਕੁਰਸੀ ਤੱਕ ਮਤਲਬ ਬੰਦੇ ਬੁੰਦਿਆ ਗੱਲ ਖਿਆ ਕਰਨਾ ਯੋ ਕੰਮ ਹੋ ਗਿਆ ਬੀਰ ਤੋ ਕੁਰਸੀ ਗੱਲ ਪਿਆਰ ਯੋ ਲੀਡਰਾਂ ਨੂੰ ਤਾਂ ਹੀ ਨਹੀਂ ਗਾਇਬ ਤੱਕ ਬਾਜੀ ਮਾਰ ਕੇ ਕਾਂਗਰਸ ਸਾੜੇ ਗੱਲ ਤੋਂ ਚੰਨੀ ਵੀ ਕਰਾ ਛੋਕਰੇਗਾ ਉਧਰ ਬਟਣਾ ਲਗਣਾ ਆਰ ਚੰਨੀ ਕਰਾ ਫਿਰ ਮੈਂ ਵੀ ਜਾਣਾ ਮੈਂ ਵੀ ਜਾਣਾ ਫਿਰ ਸਿੱਧੂ ਕਰਾ ਨਾ ਫਿਰ ਕਾ ਤਾ ਰਹਿਣ ਦੇ ਘਰਾਂ ਵੇ ਸੌ ਰਿਸ਼ਤੇਦਾਰ ਹਲਵਾਈ ਬਿਠਾਇਆ ਪੱਠੀ ਚੜਾਈ ਗਈ ਕੋਈ ਸੌ ਬੁੰਦੀ ਲੱਡੂ ਕਿੱਧਰ ਨੂੰ ਬਟਣਾ ਬਦਾਨਾ ਸੇਮੀਆਂ ਕਿਤਰਾ ਕਰਨਾ ਇਕੱਠਾ ਸੋ ਬਾਤ ਸਲਾਹ ਲੈਣੀ ਪਵਾ ਬਿਰਥਾ ਤੁਹਾਨੂੰ ਪਤਾ ਵੀ ਉੱਥਾ ਕਿਹੜਾ ਫਿਰ ਮੁੱਖ ਮੰਤਰੀ ਕੇ ਸਲਾਹਕਾਰ ਦੱਸੇਗੇ ਵੀ ਲੱਡੂ ਗੋਲ ਵੰਡਣੇ ਕਿ ਚੌਰਸ ਇਹ ਤਾਂ ਉੱਥਾ ਜਿਹੜਾ ਛੋਕਰੀਆਂ ਡੈਡੀ ਮਤਲਬ ਪਾਪਾ ਲਾੜੇਗਾ ਵਹੀ ਦੱਸੇਗਾ ਨਾ ਵੀ ਭਾਜੀ ਕਿਤਰਾ ਪਾਣੀ ਗਿੱਲੀ ਭਾਜੀ ਕਿਹੜੇ ਰੂਪੇ ਪਾਣੀ ਸੁੱਕੀ ਭਾਜੀ ਕਿੱਧਰ ਪਾਣੀ ਈਸ਼ਕਾਰ ਕਾ ਫਿਰ ਸਿੱਧੂ ਕਰਾਂਗਾ ਨਾ ਬਿਰਥਾ ਉਹ ਜਾ ਕੇ ਵਿਆਹ ਕਾ ਕੰਮ ਦੇਖ ਇਧਰਲਾ ਕੰਮ ਆਪਾਂ ਦੇਖਾਂ ਮਤਲਬ ਬਾਜ਼ੀਮਾਨੀ ਗੱਲ ਕਹਿ ਰਿਹਾ ਵੇ ਕੱਲ ਬਾਜੀ ਮਾਤਲਬ ਕਾਂਗਰਸ ਵਾਲੇ ਮਾਰ ਕੇ ਅਰ ਖਾਲੀ ਵੀਰ ਹਲੇ ਤੱਕ ਨਹੀਂ ਲੱਜੇ ਕਿਹੜੇ ਪਾਸਾ ਬੈਠੇ ਆਲੇ ਪਨੀ ਕਿਹੜਾ ਟੈਂਪੂ ਤਿਆਰ ਕਰ ਰਹੇ ਹਲੇ ਪਤਾ ਨਹੀਂ ਸ਼ਾਇਦ ਯੋ ਪੰਜ ਬੰਦੇ ਨਹੀਂ ਬਣ ਰਹੇ ਇਨਕੇ ਇਕੱਠੇ ਹੋਰੇ ਪੰਜ ਬੰਦੇ ਜਿਆਦਾ ਜਾਣ ਵੀ ਨਾ ਦੰਦੇ ਵੀਰ ਯੋ ਗੱਲ ਵੀ ਇਤਨੇ ਬੰਦੇ ਲਜਾਗਾ ਕਰਨਾ ਵੀ ਗਿਆ ਉੱਥਾ ਹੈ ਅਰੇ ਇਹ ਸਿਗਰਟਾ ਖਾ ਖੈ ਲੋ ਵੀਰਾ ਯੋ ਚੱਕਰ ਪਾ ਗਿਆ ਤਾਂਹੀਂ ਆਰਵਦਰ ਨਵਜੋ ਸਿੱਧੂ ਵੀ ਬਾਤ ਛੱਡ ਲਿਓ ਵੀਰਾ ਇਹ ਕਾਂਗਰਸੀ ਅੱਗੋਂ ਲੈਗਾ ਕੱਲੂ ਥਾ ਗੱਡੀਆਂ ਭਾਰਕਾ ਸਾਰੇ ਬੰਦੇ ਵੀਰ ਇਹ ਚਲੇ ਗਏ ਉਥਾਂ ਸਾਰੇ ਨ ਪਤਾ ਤੋਂ ਹਾਇ ਤਾਂ ਵੀਰ ਇਤਨੇ ਕੱਚੇ ਤੋਂ ਹਾਇਨ ਤੇ ਜੂਪੀ ਵਾਲੇ ਇਹ ਜਿਤਨੇ ਉਥਾਂ ਖੜੇ ਸਾਰੇ ਵੀਰਾਂ ਪੁਲਸ ਵਾਲਿਆਂ ਨੇ ਬੈਰੀਕੇਟ ਲਾ ਕੇ ਰੋਕ ਲੇ ਅਰ ਜੂਪੀ ਸਰਦ ਦੇ ਯੋ ਉਥਾਂ ਦੱਸ ਰਿਹਾ ਇਹ ਕਹਿਆ ਜਿਹੜਾ ਸੀਸਾ ਮੰਤਰੀ ਲਾਲ ਸਿੰਘਲਾ ਕਮਨ ਤੋਂ ਗੱਡੀ ਵਾਂ ਬਸਰਾ ਯੋ ਕਾ ਬਿਠਾਇਆ ਕਹਾ ਵੀ ਚਲੋ ਚਲੋ ਕਰੋ ਕਾ ਬੈਠੋ 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 ਯੋ ਜਾਵੇਗੀ ਲਖੀਮਪੁਰ ਖੀਰੀ ਬਸ ਸਿੱਧੀ ਕਹਾਵ ਪਦਮ ਦਾ ਦਮ ਦੇਗਾ ਸੀਟਾ ਦਾ ਬਗਾ ਬਹਿ ਕੇ ਆ ਗਾਗਾ ਸਸਾਬਾ ਪੁਲਿਸ ਥਾਣੇ ਮੇ ਲਿਆ ਕੇ ਬਿਠਾ ਲਿਆ ਮਨੋਦਾਸ ਚਲੋ ਕਾਰਵਾਈ ਪੂਰੀ ਹੋਈ ਕਾਂਗਰਸ ਪੰਜਾਬ ਕਾਂਗਰਸ ਵਾਲਿਆਂ ਦੀ ਈਵਰਾਮ ਫਰਮਾਇਮੇ ਕਿ ਸਾਰੇ ਥਬੇ ਕਾ ਬੈਠੇ ਦਾ ਸਿੱਧੂ ਤੋਂ ਆਰਾਮ ਗੈਸ਼ੀਰ ਲਾਵਾ ਕੰਦ ਗੈਲ ਅਰਪੀਤ ਜਿਆਪਿਆ ਗਾਰਮੀ ਵਾ ਹਰ ਹੈਰਾਨ ਕੀ ਗੱਲ ਯੋ ਮੈਂ ਦੇਖ ਰਿਹਾ ਵੀ ਕਾ ਥਾਣੇ ਬੰਦ ਕਰਤੇ ਕੁਰਸੀਆਂ ਬੈਠੇ ਮੌਜ ਗੈਲ ਸਾਰੇ ਇੱਕ ਦੂਏ ਗੈਲ ਆ ਰਿਤਨੀ ਗਰਮੀ ਹੋ ਰਹੀ ਰਾਜਾ ਬੜਿੰਗ ਵੀਰ ਪਤੂਈ ਨਹੀਂ ਤਾਰਕਾ ਹਟ ਰਿਆ ਵੀਰ ਉਸ ਨੂੰ ਗਰਮੀ ਲੱਗ ਰਹੀ ਪਤਾ ਨਹੀਂ ਹੈ ਬਾਕੀ ਕੁਰਤੇ ਪਜਾਮਾ ਪਾਈ ਫਿਰ ਰਹੇ ਸਾਰੇ ਉਥਾ আর ਰਾਜਾ ਬੜਿੰਗ यो ਸਮਾਨੀ ਗੱਲ ਕੋਈ ਪਤੂਈ ਨਹੀਂ ਤਾਰ ਰਿਆਗਾ ਵੀਰੀ ਸੇਲ ਤੋਂ ਪਛਾਣ ਮਾਰੀ ਹਰ ਬੈਠੇ ਤਰਾ ਕੁਰਸੀਆ ਬਾ ਜਿਤਰਾ ਹਾਲੇ ਤਾਜੀ ਤਾਜੀ ਜਨਨੇਆਂ ਕਾ ਬੈਠ ਜਾਂਦੀ ਮਤਲਬ ਇਹ ਕੋਲਡ ਡਰਿੰਕ ਪਿਆ ਰਹੇ ਹਲੇ ਇਹ ਬਰਾਤ ਮਾਇ ਬਵਾ ਜਿਤਰਾ ਇਹ ਸਾਰੇ ਤਰਾ ਬੈਠੇ ਉਥਾ ਆਰੀਏ ਸਾਰੇ ਨੂੰ ਪਤਾ ਦਾ ਵੀ ਉਹੀ ਕੰਮ ਕਰਨਾ ਆਪਾਂ ਜਾ ਗਾ ਉੱਥਾ ਆਰੀਏ ਸਾਰੇ ਨੂੰ ਪਤਾ ਦਾ ਫਿਰ ਤਾਂ ਹੀ ਰਾਜਪੁਰੇ ਵਾਲਾ ਮਹਾਰਾ ਕੰਬੋਜ ਇਹ ਵੀ ਚੱਲਿਆ ਗਿਆ ਤਾਂ ਉੱਥਾ ਕਾ ਚੱਲ ਸਸਾਵੇ ਤੱਕੇ ਜਾਣਾ ਚੱਲ 2 ਘੰਟੇ ਮੁੜਿਆਵਾਂਗੇ ਆਰ ਫਿਰ ਯੋਹੀ ਕੰਮ ਕਰਨ ਗਏ ਸਾਰੇ ਉੱਥਾ ਇਹਨੂੰ ਨਹੀਂ ਪਤਾ ਦਾ ਬਾਕੀ ਜਿਹੜੇ ਲੰਗੜੇ ਵਾਲੇ ਵੀਰੋ ਉਹ ਤਾਂ ਰਾਤ ਨੂੰ ਬਾੜ ਦੇ ਟੱਪਾ ਲੰਗ ਗਏ ਗਰਨਾਮ ਚੜੂਨੀ ਵਾਲੇ ਇਹ ਗਰਨਾਮ ਚੜੂਨੀ ਦੇ ਸਿੱਖੋ ਗੁਸਾ ਥਾਂ ਮਿਤਰਾ ਲਾਮ ਲਸਕਰ ਲੇਗਾ ਗਏ ਜੇ ਥਾਂ ਮੇ ਜੇ ਥਾਨੂੰ ਇਤਨਾ ਪਿਆਰ ਤਾਂ ਥਾਨੂੰ ਇਤਨਾ ਦੁੱਖਤਾ ਇਹ ਕਿਸਾਨ ਪਰਿਵਾਰਾਂ ਗੈਲ ਫਿਰ ਜਾਂਦੇ ਲੂਗ ਲੂਕਾ ਖਾਟ ਖੁੱਟਿਆਂ ਨੂੰ ਬੜ ਬੜ ਕਾ ਜਾਣਦੇ ਜੰਗਲਾਂ ਵਿੱਚ ਲੂ ਲੂਕਾ ਜਾਂਦੇ ਵੀਰ ਜਿਹੜਾ ਯੋ ਡਾਂਕੀ ਨਾ ਹਾ ਇਤਨਾ ਜਾਂਦੇ ਪਹੁੰਚ ਵੀ ਜਾਂਦੇ ਸੀ ਰੇ ਇਤਨਾ ਆਲਮ ਲਖਸਰ ਨਾਲ ਵੀਡੀਓ ਵਾਲੇ ਆਪਣੀ ਕਾਰ ਜੀ ਲੈ ਲਿਆ ਉੱਥਾ ਦੇ ਟੈਲੀਵਿਜ਼ਨ ਦੱਸੀਆਂ ਪੁਲਿਸ ਵਾਲੇ ਮੌਜ ਗੈਲ ਉਹਨੂੰ ਕਿਆ ਲੋੜ ਪੁਲਿਸ ਵਾਲੇ ਬੈਠੇ ਟੈਲੀਵਿਜ਼ਨ ਲਾ ਕੇ ਦੇਖ ਰਹੇ ਅੱਛਾ ਉਰਾ ਕੇ ਉਰਾ ਕੇ ਚੱਲ ਠੀਕ ਉਰਾ ਕੇ ਉਰਾ ਕੇ ਚਲੋ ਕੱਲੋਂ ਡਾਂਗਾ ਤਿਆਰ ਆ ਜਾਓ ਆ ਗਏ ਇਹ ਕੰਮ ਹੋ ਰਿਹਾ ਵੀਰਾ ਅਰ ਅੱਜ ਤੋਂ ਹੋਇਓ ਕੱਲੋਂ ਵੀਰੋ ਇਤਰਾ ਬਿਆ ਮਾ ਯੋ ਕੈ ਲੋ ਵੀ ਇਹ ਕੁੜੀ ਆਲੇ ਪਾਸ ਯਾਰ ਮੁੰਡੇ ਆਲੇ ਪਾਸ ਆ ਯੋ ਉੱਥਾ ਜਾ ਰਹੀ ਬਣ ਕਟ ਇਤਰਾ ਵੈਰੀਗੇਟ ਲਾਇਆ ਵਾ ਉੱਥਾ ਬਸ ਰੀਵਨ ਕਟਾ ਕ ਯੇ ਸਾਰਿਆਂ ਨੂੰ ਜਾ ਕੇ ਸਰਸਾਵੇ ਠਾਣੇ ਬਿਠਾ ਲਿਆ ਯੂ ਚਾਹ ਪਾਣੀ ਚਲੇਗਾ ਲੰਗਰ ਪਾਣੀ ਚਲੇਗਾ ਜਿਤਰਾ ਯੂ ਸੁਖੀ ਰੰਦਾ ਵਾ ਰੋਟੀ ਪਾਣੀ ਖਾ ਕਾ ਯੋ ਜੀਰੇ ਗੈ ਲਾ ਗਿਆ ਇਤਰਾ ਯੋ ਵੀ ਖਾ ਪੀ ਕ ਮੋੜਿਆ ਮੈਂ ਕਿ ਹੋਰ ਉੱਥਾ ਫਿਰ ਹੋਰ ਕੀ ਕਹਿ ਸਕਾਂ ਫਿਰ ਹੈ ਆਰ ਉਧਰ ਯੋ ਪੰਜਾਬ ਦਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਐਲਾਨ ਕਰਤਾ ਹੈ 50-50 ਲੱਖ ਰੁਪਏ ਦੇਵਾਂਗੇ ਕਹਾ ਜਿਹੜੇ ਮ੍ਰਿਤਕ ਕਿਸਾਨ ਕੇ ਪਰਿਵਾਰ ਚਲੋ ਵੀਰ ਦੁੱਖ ਦੀ ਘੜੀ ਵਿੱਚ ਪੈਸਾ ਤੋਂ ਖੈਰ ਬੜਾ ਨਹੀਂ ਹੁੰਦਾ ਵੀਰਾ ਜਿਸ ਘਾਤੀ ਪੁੱਤ ਚਲਿਆ ਗਿਆ ਵੀਰ ਪੈਸਾ ਵੀ ਅਗਲਾ ਕੀ ਕਰੇਗਾ ਰਗੜਾ ਫੋੜੇ ਪਾ ਲਾਵੇਗਾ ਇਤਨੇ ਪੈਸੇ ਔਰ ਕਾ ਇਸ ਘਟਨਾ ਜਿਹੜੇ ਆਪਣੀ ਜਾਨ ਗਵਾ ਗਏ ਕਹੋ ਪੱਤਰਕਾਰ ਔਰ ਉਸ ਨੂੰ ਪੰਜਾਬ ਸਰਕਾਰ ਕਹੇ 50 ਲੱਖ ਰੁਪਏ ਦਵੇਗੀ ਔਰ ਮ੍ਰਿਤਕ ਕਿਸਾਨ ਕੇ ਪਰਿਵਾਰਾਂ ਕੇ ਗੱਲ ਹਰ ਤਰ੍ਹਾਂ ਦੀ ਮਦਦ ਕੀ ਮੁਹੱਈਆ ਇਹ ਕرائی ਹੈ ਕਿ ਚੰਜੀ ਚੰਨੀ ਨੇ ਪਾਇਆ ਜੋ ਆਪਣੇ ਪੇਜ ਪਰ ਚਲੋ ਦੁੱਖ ਕੀ ਘੜੀਆਂ ਫਿਰ ਸਾਬ ਕਾ ਬਣਾ ਹੱਕ ਵੀ ਚਲੋ ਤਿੰਨ ਲ ਫੁੱਲ ਜੋ ਬਣਾ ਦੇਣੇ ਬਣਾ ਪਰ ਮੈਨੂੰ ਸਮਝ ਨਹੀਂ ਆਦੀ ਵੀ ਗੁਲਾਬੀ ਸੁੰਡੀ ਕਰ ਕਾ ਜੋ ਜਿਹੜੇ ਪਿੱਛਾ ਦੋ ਕਿਸਾਨ ਇਹ ਤਾਜ਼ਾ ਤਾਜ਼ੇ ਕੰਮ ਹੋਇਆ ਹਾਲੇ ਇਹ ਗੁਲਾਬੀ ਸੁੰਡੀ ਗਾ ਜਿਹੜੇ ਕਿਸਾਨ ਮਰ ਗਏ ਵਿਚਾਰੇ ਖੁਦਕੁਸ਼ੀ ਕਰਕੇ ਹੈ ਇਹਨਾਂ ਨੂੰ ਹਾਲੇ ਦਾ ਕੁਝ ਨਹੀਂ ਵਿਆਹ ਗਰਦਾਰੀ ਕਰਨੇ ਗਰਦਾਰੀ ਕਰਨੇ ਕਿ ਹੁਕਮ ਕਰ ਗਿਆ ਕਹਾ ਵੀ ਥਾ ਚੱਕ ਕਰ ਕਾ ਉਹ ਕਿਸ ਕੀ ਜ਼ਮੀਨ ਕਿਤਨੀ ਵੱਡਾ ਉਸ ਹਿਸਾਬ ਗੈ ਕਹਾ ਉਹਨਾਂ ਕਿਲੇ ਦੇ ਵਿੱਚੋਂ ਪੈਸੇ ਦੇ ਦੇਗੇ ਹੈ ਆਪਣੇ ਘਰ ਕਾ ਦੇਖ ਰਹੇ ਨੇ ਦੂਸਰੇ ਪਾਸੇ ਉਹਨਾਂ ਠਾ ਮੈਂ ਤੋ ਸਮਝਵਾ ਨਹੀਂ ਆਂਦੀ ਕਿ ਇਹਨਾਂ ਨੂੰ ਪਤਾ ਆ ਵੀ ਪੰਜਾਬ ਕੇ ਵਿੱਚੋਂ ਤੋ ਸ਼ਾਇਦ ਮਾਰੀ ਜੀ 317 ਪੱਕੀਆਂ ਇਹ ਇਹ ਕਹ ਲੋ ਵੀ ਥਾ ਇਹ ਸੋਨੀਆ ਗਾਂਧੀ ਦਾ ਛੋਕਰਾ আর ਇਸ ਕੀ ਕੁੜੀ ਇਹਨਾਂ ਨੇ ਜੋਰ ਪਾਇਆ ਵੀ ਵੀਰ ਜੇ ਆਪਾਂ ਜੁੱਪੀ ਜਿੱਤ ਗਏ ਨਾ ਜੇ ਜੁਪੀਟਾ ਲਿਏ ਪਾਣੇ ਫੇਰ ਸਮਝ ਲਿਓ ਵੀ ਦਿੱਲੀ ਵਾਲੀ ਕੁਰਸੀਆ ਇਹ ਮੰਮੀ ਬਹਿ ਸਕਾ ਇਹ ਸੋਨੀਆ ਗਾਂਧੀ ਦੀ ਮੰਮ ਇਹ ਉੱਥਾ ਬਹਿ ਜਾਏਗੀ ਇਹ ਰਾਹੁਲ ਗਾਂਧੀ ਦੀ ਮੰਮੀ ਪ੍ਰਿੰਕਾ ਗਾਂਧੀ ਦੀ ਮੰਮੀ ਉੱਥਾ ਬਹਿ ਜਾਏਗੀ ਗਾਰੰਟੀ ਕਰਕੇ ਤਾਂ ਹੀ ਉਹ ਸਾਰੇ ਜਾ ਰਹੇ ਉੱਥਾ ਪੱਜ ਪੱਜ ਜਾ ਗਾ ਵੀਰ ਹੈ ਨਹੀਂ ਇਸ ਤੇ ਪਹਿਲਾਂ ਵੀ ਬੜੇ ਕਾਂਡ ਹੋਏ ਫਿਰ ਗਿਆ ਕੋਈ ਕੋਈ ਨਹੀਂ ਪਹੁੰਚਿਆ ਫਿਰ ਸਭ ਮੂਰੇ ਬੈਗਾ ਸਲਾਹ ਮਸਫਰਾ ਕਰਕੇ ਅਗਲੇ ਦੱਸਦੇ ਆਂ ਹਰ ਵੀਰ ਇਬਾ ਜੀਸਸ ਸਾਹਿਬ ਗੱਲਿਓ ਲਾਨ ਹੋ ਰੇ ਵੀਰ ਚਲੋ ਕਹਿਣਾ ਨਹੀਂ ਬਣਦਾ ਨਹੀਂ ਮੇਰਾ ਵੈਸੇ ਪਰ 50 ਲੱਖ ਲੈਣ ਖਾਤਰ ਸਰਕਾਰੀ ਨੌਕਰੀ ਲੈਣ ਖਾਤਰ ਯੋ ਇਬ ਯੋ ਕਹਿੰਦੇ ਲੋਕਾਂ ਕੀ ਉਹ ਧਾਰਨਾ ਬਣ ਗਈ ਵੀ ਪਹਿਲਾਂ ਮਰਨਾ ਪਵੇਗਾ ਫਿਰ ਇਨਸਾਫ ਮਿਲੇਗਾ ਯੋ ਕੰਮ ਹੋ ਰਿਹਾ ਵੀਰ ਬ ਅਰ ਉਧਰ ਜੁਪੀਮਾ ਘਰ ਕੇ ਤੋਂ ਕਹ ਰਹੇ ਛੋਕਰੇ ਕਾ ਵੀ ਛੋਕਰੇ ਗੋਲੀ ਵੱਜੀ ਔਰ ਪੋਸਟ ਮਾਰਟਮ ਰਿਪੋਰਟ ਮੈਂ ਕਾਜੀ ਐਕਸੀਡੈਂਟ ਹੋਈ ਛੋਟਾ ਘ੍ਰੀਟਾਂ ਗੈਲ ਘ੍ਰੀਟਾਂ ਵੱਜੇ ਲਾ ਘ੍ਰੀਟਾਂ ਗੈਲੇ ਬੰਦਾ ਮਰ ਗਿਆ ਦੱਸ ਡਾਕਟਰ ਵੀ ਸਾਰੇ ਜੋ ਵਿਗੇ ਮੈਂ ਤੋਂ ਵੀ ਇਉਂ ਹੀ ਲੱਗ ਰਿਹਾ ਪੈਸਾ ਪ੍ਰਦਾਨ ਹੋ ਰਿਹਾ ਸਾਰੇ ਪਾਸਾ ਮਾਰੇ ਦੇਸ਼ ਕੇ ਵਿੱਚ ਮੈਂ ਸਭ ਕੁਝ ਬਕਾਉ ਬਸ ਕੀਮਤ ਦੇਣ ਵਾਲਾ ਬੰਦਾ ਚਾਹੀਦਾ ਸਭ ਕੁਝ ਵਿਗ ਜਾ ਜੋ ਮਰਜੀ ਵੇਚ ਲਿਓ ਜੋ ਮਰਜੀ ਵੇਚ ਲੇ ਇਹ ਕਹਿ ਲੋ ਵੀਰ ਪਿੰਟ ਕੇ ਰੂੜੀਆਂ ਵਿਗ ਜਾਂ ਸਾਹਮ ਲਾਟਾਂ ਟੋਬੇ ਵਿਗ ਜਾਂ ਸਭ ਕੁਝ ਵਿਗ ਜਾ ਵੀਰ ਵੇਚਣੇ ਦਾ ਤਰੀਕਾ ਇਹ ਹੁਣਾ ਲੋਕ ਸੇਲਸਮੈਨ ਨਹੀਂ ਦੇਖੇ ਗੰਜੇ ਬੰਦੇ ਨੂੰ ਕੰਗੀ ਵੇਚ ਜਾਂਗਲੇ ਸਭ ਤੋਂ ਵਧੀਆ ਸੇਲਜ਼ਮੈਨ ਇਸ ਨੂੰ ਕਹਾ ਅਰ ਵੀਰਾ ਅਰ ਉਧਰ ਯੋ ਕਲਵੀ ਕਾਫਲਾ ਰੋਕ ਲਿਆ ਕਹਾ ਜੀ ਦੱਸੋ ਸਿੱਧੂ ਕਾਫਲਾ ਕਾ ਸਰਸਾਵੇ ਬਾਰਡਰ ਬਉਥਾ ਕਾ ਰੋਕ ਲਿਆ ਕਹਾ ਸਾਜਾਨ ਸਜਨਪੁਰ ਕਿਹੜਾ ਪਵਾ ਬਉਥਾ ਜੁਪੀ ਯੋ ਸਾਰਨਪੁਰ ਵਾਲਾ ਬਾਰਡਰ ਬਸ ਯੋ ਲੰਗੜੇ ਵਾਲਾ ਤਾਂ ਜੰਗਲਾ ਕੇ ਵਿਚਵੇਂ ਨੂੰ ਰਸਤਾ ਭੇਤ ਪੇ ਸਬਾਦਰ ਕੇ ਨਾ ਮਿਲ ਕਰ ਨਾਮ ਚਲੂਨੀ ਅਰ ਕੇ ਲਖੀਮਪੁਰ ਪਹੁੰਚ ਗਏ ਵੀਰਾ ਮੈਂ ਤਾਂ ਇਹੋ ਕਹਾਂ ਸਾਬਾਸੀਓ ਕੱਲੇ ਹਰਿਆਣੇ ਦਾ ਫੇਮੇ ਮਾਰੇ ਆਲੇ ਫੇ ਗੁੱਸਾ ਕਰਾਂ ਬਿਲਾਡਾ ਪੰਜਾਬ ਵਾਲੇ ਇਹ ਜਿਹੜੇ ਕਾਮਰੇਡ ਜਾਂ ਕਿਸਾਨ ਲੀਡਰ ਇਹਨਾਂਗੇ ਉੱਪਰ ਇਤਰਾ ਬੋਲਾ ਬਣਦਾ ਨਹੀਂ ਵੀਰ ਪਰ ਦੇਖੋ ਬੰਦੇ ਦਾ ਜਨੂਨ ਬੰਦੇ ਦੀ ਉਮਰ ਦੇਖੋ ਕਰਾਂ ਚੁੰਨਣਗੀ ਹਰ ਮਾਰੇ ਜਮਾਨ ਜਮਾਨ ਜਿਹੜੇ ਉੱਥਾ ਕਿਸਾਨ ਲੀਡਰ ਬਣੇ ਬੈਠੇ ਇਹਨਾਂ ਤਹ 26 ਤਰੀਕ ਨੂੰ ਯੋ ਟਰੈਕਟੇ ਨਹੀਂ ਸਾਭ ਹੋਏ ਵੀਰ ਕਿੱਧਰ ਵੜ ਰਿਆ ਕਿਹੜਾ ਟਰੈਕਟ ਕਿੱਧਰ ਲੰਘ ਗਿਆ ਕਿਹੜਾ ਟਰੈਕਟ ਕਿੱਧਰ ਲੰਘ ਗਿਆ पर ग्राम चुनी देख लिये भी पहुंच गया अगला जाका आया फिर यो जोगी सरकार के एन सरकार के सट ला का आया देखो आ गया ना मैं रोक के दखाओ अरे यार बैठे रामगढ़ ठाणे में दो चार घंटे में छाड़ देंगे बस गिरफ्तारी हुई अरे तरह गिरफ्तारी ड्रामे होव भी पुलिस वाले ने ना नाका करना भी क्या दस माड़ा बंदा होगा फिर तो दो चार धारा ला का डराड रूगा अगले आओ पैसे भी यो केस पैजेगा नहीं ਆਹ ਦੇ 60b ਵੀ ਪਾ ਕਾ ਛਾੜਦੇ ਆ ਤੁਹਾਨੂੰ ਨਹੀਂ ਬੇ 302 ਪਾਵੇਂਗੇ ਫਿਰ ਯੋ ਪਾਵੇਂਗੇ ਫਿਰ ਬਾ ਪਾਵੇਂਗੇ ਹੈ ਇਹ ਤਾਂ ਕਿਸਾਨਾਂ ਨੂੰ ਛਾੜਦੇ ਵੀਰੋ ਇਹ ਤਾਂ ਧਰਨੇ ਲਾਵੇ ਜਿਹੜੇ ਲੋਕਾਂ ਨੂੰ ਚੱਕਣ ਜੋਗੇ ਵੀਰੋ ਇਹ ਲੀਡਰਾਂ ਦੇ ਕਿਆ ਕਰਾਣਾ ਇਹਨਾਂ ਨੂੰ ਦੱਸ ਅਰੇ ਇਹ ਕੱਲ ਪੁਲਿਸ ਕੀ ਬਾਸਮਾ ਖੜਕਾ ਸਗਵੀ ਯੋ ਉਥਾ ਨਵਜੋਤ ਸਿੰਘ ਨੇ ਸਪੀਚ ਦੇਦੀ ਅਰ ਬਾਅਦ ਵਿੱਚ ਬਾਸਤੇ ਬਾਹਰ ਤੁਰਕਾ ਹੇ ਲੱਭਿਆ ਕਿਸ ਨੇ ਕਿਆ ਕਿਆ ਕੁਸ ਗੱਡੀਆਂ ਵਹਿ ਮੋ ਲੰਘ ਗਿਆ ਗਲਾ ਇਤਰਾ ਹਵਾ ਅਰ ਬਹੁਤ ਹੈਰਾਨੀ ਦੀ ਬਾਤ ਬਿਰ ਬਹੁਤ ਯੋ ਕਹਲੋ ਵੀ ਸਾਰੀਆਂ ਪਾਰਟੀਆਂ ਮਾਰੇ ਸ਼ਹੀਦ ਕਿਸਾਨਾਂ ਦੀ ਲਾਸਾਂ ਕੇ ਉਪਰ ਆਪਣੀ ਰਾਜਨੀਤੀ ਕਰ ਰਹੇ ਆਪਣੀ ਰਾਜਨੀਤੀ ਰੋਟੀਆਂ ਸੇਕ ਰਹੇ ਹੈ ਅਰ ਇਹ ਦੇਖ ਲਿਓ ਯੋ ਕਹਲੋ ਪੰਜਾਬ ਦੇ ਵਿੱਚ ਭਾਈ ਉਹ ਕੋਈ ਹੈਰਾਨੀ ਵਾਲੀ ਬਾਤ ਹੀ ਹੋ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਨੂੰ ਗੱਲ ਲੋਕ ਭੁੱਲ ਗਏ ਔਰ ਕੈਪਟਨ ਅਮਰਿੰਦਰ ਸਿੰਘ ਕੀ ਫੋਟੋਆਂ ਤਾਰ ਕਾਇਬ ਕਾ ਸਿੱਧੂ ਗੱਲ ਕਹਾ ਯੋ ਬਿਰ ਆ ਸਿੱਧੂ ਵਿੱਚ ਕੈਪਟਨ ਦੇ ਚਿਹਰੇ ਤੇ ਆਪਣੀਆਂ ਫੋਟੋਆਂ ਲਾਗਾ ਫਲੈਗ ਸਲਾਂ ਬਲਾਮੇ ਕੇ ਵੀਰ ਅਗਲੇ ਨੂੰ ਪਤਾ ਆਈ ਵਾ ਕੀ ਕਰਾਂ ਇਹ ਪਤਾ ਅਗਲੇ ਨੂੰ ਅੱਗਾ ਵੋਟਾਂ ਟਿਕਟਾਂ ਸਾਰਾ ਕੁਝ ਦੇਖਣਾ ਪਵਾ ਅਗਲੇ ਸੀ ਕਰ ਕਾ ਯੋ ਸਮੇ ਸਮੇ ਦੀ ਬਾਤ ਹੋਗਾ ਅਰੇ ਅਗਲਾ ਫੇਰ ਫੋਟੋ ਤੋਂ ਨੋ ਆਵੇਗਾ ਬਾਕੀ ਮੈਨੂੰ ਯੋ ਨਹੀਂ ਸਮਝ ਆਈ ਵੀ ਨਵਜੋਤ ਸਿੰਘ ਸਿੱਧੂ ਉੱਥਾ ਅੱਜ ਗਿਆ ਪਰ ਰਾਜਾ ਬੜਿੰਗ ਤੋਂ ਕਹਿੰਦਾ ਕਹਾ ਮਹਾਰੀ ਪੀਸੀਸੀ ਕਮੇਟੀ ਦਾ ਮਤਲਬ ਯੋ ਪ੍ਰੈਜ਼ੀਡੈਂਟ ਪਰ ਪ੍ਰੈਜ਼ੀਡੈਂਟ ਨੂੰ ਅਸਤੀਫਾ ਦੇਈ ਬੈਠਿਆ ਹੈ ਇਹ ਵੀ ਹੋਰੀ ਪਤਾ ਲਾਈ ਦੀ ਯੋ ਪ੍ਰੈਜ਼ੀਡੈਂਟ ਵਾਲੇ ਪਾਸੇ ਨੂੰ ਗਿਆ ਜਾਂ ਫਿਰ ਯੋ ਆਮ ਐਮਐਲਏ ਬਣ ਕੇ ਗਿਆ ਯੋ 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 ਕਲੀਅਰ ਨਹੀਂ ਹੋਇਆ ਫਿਰ ਚਲੋ ਖਰ ਕੋਈ ਬਾਤ ਨਹੀਂ ਲੱਗ ਜੇਗਾ ਕੱਲ ਨੂੰ ਪਤਾ ਆਰ ਉਧਰ ਯੋ ਪੰਜਾਬ ਦੇ ਵਿੱਚ ਮਾ ਬੱਸਾਂ ਦੀ ਫੜਫੜਾਈ ਹੋ ਰਹੀ ਵੀਰ ਕਹਾ ਬੱਸਾਂ ਫੜ ਰਹੇ ਰਾਜਾ ਬੜਿੰਗ ਉਥਾ ਸੰਨੀ ਢਿੱਲੋ ਜਿਹੜਾ ਆਇਓ ਉਥਾ ਐਮਬੈਲਡ ਓਲੰਪਿਕ ਆਪਰਾ ਇਹ ਵਾਹੀ ਜਿਹੜਾ ਬਸਾ ਬਸਾ ਅਖਾਲੀ ਦਲ ਕਾ ਉਹ ਬਾਹੀ ਦਾ ਰਾਜ ਰਾਜੇ ਪਟੇਗਰੂ ਉਸ ਦਾ ਭਰਾ ਸੰਨੀ ਢਿੱਲੋ ਘਰੇ ਕਾਇਓ ਤੋ ਫੂਗਰਾ ਕਾ ਲਫਾਫੇ ਚੱਕਣੇ ਤੇ ਗੱਲ ਦੇਣ ਐ ਏਵੇਂ ਜਾਣੇ ਕਿਆ ਲੋੜਤੀ ਹਾਂ ਪੂਰਾ ਗਿੱਦੜ ਵਾਏ ਏਵੇਂ ਚੱਕ ਲੈਂਦਾ ਕਾ ਬਸ ਮੈਨੂੰ ਨਹੀਂ ਸਮਝਦੇ ਨਾ ਨਹੀਂ ਦੀ ਜੇ ਕੋ ਬੰਦਾ ਕੰਮ ਕਰਾ ਫੇਰ ਨਹੀਂ ਕਰਦੇ ਜੇ ਨਹੀਂ ਕਰਦੇ ਫੇਰ ਹੈ ਹਰ ਇਬ ਉਠਾਇਓ ਬੈਠ ਕੇ ਬੋਲਣੇ ਕਿਆ ਬਣਾ ਦੱਸ ਰਾਜਾ ਬੜੀ ਕਿਆ ਕਰ ਰਿਹਾ ਕਿਆ ਨਹੀਂ ਗੰਦ ਪਿਆ ਕਹ ਕੇ ਢੜਬਾ ਕੇ ਵਿੱਚ ਇਤਨਾ ਗੰਦ ਪਿਆ ਕੇ ਢੜਬਾ ਮਾ ਕਾ 50 ਟਰੱਕ ਭਰਲੇ ਕੂੜੇ ਕਾ ਚ ਹੈ ਵੀ ਵੀ ਇਹਨੂੰ ਪੁੱਛੇ ਕੋਈ ਵੀ ਥਾਨੇ ਦਸਾਂ ਸਾਲ ਰਾਜ ਕਰਿਆ ਹੈ ਥਾਨੇ ਦਸਾਂ ਸਾਲ ਰਾਜ ਕਰਿਆ ਜੇ 50 ਕੂੜੇ ਦੇ ਟਰੱਕ ਹੋਗੇ 25 ਕੂੜੇ ਦੇ ਟਰੱਕ ਤੋ ਥਾਰੇ ਬਣਾ ਫਿਰ ਥਾਨੇ ਕਿਆ ਕਰਿਆ ਬਾਪੂ ਬਾਦਲ ਦਾ ਛੋਗਰਾ ਬਾਪੂ ਬਾਦਲ ਦੀ ਨੂੰ ਬਾਪੂ ਬਾਦਲ ਇਹ ਤਿੰਨਾਂ ਦਾ ਇੱਕੇ ਨਾਰਾ ਦਾ ਕਰ ਰਾਜ ਦੀ ਸੇਵਾ ਸੇਵਾ ਕਰੋ ਫਿਰ ਚੱਕੋ ਕੂੜੇ ਦੇ ਟਰੱਕ ਹਾਂ ਇਹ ਗਰਾਹ ਉੱਥੇ ਜਾਣਗੇ ਲੋੜ ਦੀ ਗੌਰ ਉਹ ਚੱਕ ਲੰਦੇ ਬਾਕੀ ਵੀਰੋ ਇਹ ਵੀ ਕਿਆ ਕਰਾਂ ਇਹ ਵਿਚਾਰਿਆਂ ਕੇ ਬੱਸਾਂ ਬੰਦ ਹੋ ਗਿਆਂ ਮੂੰਹ ਕਾ ਰੰਗ ਤੂੜਿਆ ਪਿਆ ਦੇਖੇਂ ਥਾਨਾ ਵਿਚਾਰਾ ਕਿਤਰਾ ਕਬਰਾਇਆ ਪਿਆ আর ਥਾਨਾ ਵਾ ਵੀਡੀਓ ਦੇਖੀ ਦਰਜਿਆਂ ਜਾ ਪੈਸੇ ਵੰਡਦਾ ਫਿਰ ਰਿਆ ਦਾ ਕਿਤਰਾ ਲਾਲੀ ਆ ਰਹੀ ਮੂੰਹ ਕੇ ਉਪਰ ਇਹ ਵਿਚਾਰੇ ਫਸ ਗਏ ਬਾਕੀ ਲੋਕਾ ਲੋ ਇਸ ਕਾ ਮੋੜ ਮਾ ਜਵਾਬ ਸਰਪੰਚ ਦਲਜੀਤ ਮਾਨ ਜਿਹੜਾ ਇਸਨੇ ਦਿਆ ਕਾ ਸਨਨੀ ਢਿੱਲੋਂ ਤੋਂ ਕਾ ਨੀਂਦ ਨਹੀਂ ਆਂਦੀ ਕਾ ਸੁਪਨੇ ਮਕਾਰ ਆ ਜਾ ਬੜਿੰਗ ਦਿਖਾ ਹੈ ਵੀਰ ਦੋਏ ਪਾਰਟੀਆਂ ਮੈਂ ਘੱਟ ਕਿਸੇ ਨੂੰ ਕਹਿੰਦਾ ਵੀ ਕੱਟ ਦੋਏ ਨਹੀਂ ਹੈ ਮੇਰਾ ਦੋਏ ਪਾਰਟੀਆਂ ਤਰੰਗੀਆਂ ਇੱਕ ਨੇ ਦਰਜੀ ਦੇ ਪੈਸੇ ਇੰਦਾਏ ਬਾਹ ਸਰਦਾਰ ਬਣਿਆ ਫਿਰ ਰਿਆ ਅਰ ਬਾਕੀ ਦੂਸਰੇ ਇਹਨਾਂ ਨੇ ਬੱਸਾਂ ਦਾ ਟੈਕਸ ਨਹੀਂ ਭਰਿਆ ਜੋ ਸਰਦਾਰ ਬਣੀ ਫਿਰ ਰਿਹਾ ਦੱਸ ਮੂਰਖ ਤੋਂ ਜਨਤਾ ਜਿਹੜੀ ਫੇਰ ਵੋਟਾਂ ਪਾ ਦਿਆ ਇਹਨਾਂ ਨੂੰ ਹੈ ਬਾਤਾਂ ਮਾਰ ਰਿਆਗਾ ਉਥਾ ਕੂੜਾ ਚੱਕਣ ਗਏ ਦਰਜੀਆ ਦੇ ਪੈਸੇ ਦੇ ਆ ਤੇ ਜਾਗਾ ਵੀ ਟੈਕਸ ਤੋਂ ਭਰ ਆਂਦੇ ਬੱਸਾਂ ਗਾ ਹੀ ਪਾ ਲੈ ਚੱਕ ਅੰਦਰ ਕਰ ਲੀਆਂ ਬੱਸਾਂ ਫੇਰ ਹੀ ਬਰਾੜਾ ਪਾਰੇ ਥੰਮ ਪਹਿਲਾ ਦੇਖ ਲੰਦ ਹੈਂ ਹਰ ਮਨ ਨੂੰ ਨਿਉ ਲੱਗ ਰਿਹਾ ਇਸ ਨੂੰ ਸੁਣ ਕੇ ਸਨਿਟੀ ਮਨ ਨੂੰ ਨਿਉ ਲੱਗ ਰਿਹਾ ਯੋਹੀ ਬੰਦਾ ਸੱਚਾ ਹੋਰ ਝੂਠੇ ਸਾਰੇ ਪੰਜਾਬ ਕੇ ਵਿੱਚੋਂ ਬੋਲਾਂ ਇਹ ਸੱਚਾ ਹੀ ਹੋਈ ਕੱਲ ਇਤਨਾ ਬੁਰਾ ਹਾਲਾ 10 ਬੱਸਾਂ ਦੇ 2 ਬੱਸਾਂ ਚਲਾ ਰਹੇ ਦੱਸ ਹਰ ਮੈਂ ਉੱਥਾ ਸੋਸ਼ਲ ਮੀਡੀਆ ਵਿੱਚ ਇਸ ਦਾ ਯੋ ਕਾਇ ਪੁਸ਼ਟੀ ਨਹੀਂ ਕਰਦਾ ਇਹ ਫੋਟੋ ਕੀ ਉੱਥਾ ਦੇਖਿਆ ਇਹ ਦੋ ਹਰੀ ਹਰੀਆਂ ਬੱਸਾਂ ਜਿਹੜਾ 1 ਕੋ ਨੰਬਰ ਕੀ ਪਲੇਟ ਲਾਈ ਵੀ ਦੋ ਇਹ ਬੱਸਾਂ ਰੂਟ ਦੋਆਂ ਕੇ ਲੱਗ ਦੱਸ ਇਹ ਕੋਈ ਹੈ ਨਹੀਂ ਦੁੱਧ ਤੋਂ ਤਾਇਓ ਵੀ ਪਲੇਖਾ ਬਹਾਲੋ ਕਨੂ ਵੀਓ ਲੈ ਦੱਸ ਵੀ ਆਪਾਂ ਸੱਚੇ ਹੋਵੇ ਬਾ ਝੂਠੇ ਹੋਗੇ ਕੌਣ ਕਰਾ ਵੀਰ ਜਿਸका ਚਲਾ ਡੰਡਾ ਅਗਲਾ ਇਹੋ ਯੋ ਕਹ ਲੋ ਗਿੱਦੜ ਬਾਹੇ ਵਾਲਾ ਯੋ ਕਾਢੀਂ ਬੱਸਾਂ ਚਾ ਚੱਕਾ ਦੇ ਰਿਆ ਅੰਦਰ ਹੈ ਕਾਂਗਰਸ ਸਿੰਘ ਵੀ ਤੇ ਚਲਾ ਇਨਕਿਉ ਚੱਕਾ ਦੋ ਅੰਦਰ ਫੇਰ ਸਵਾਦ ਆਵੇਗਾ ਆਰੇ ਬੱਸਾਂ ਅੰਦਰ ਕੀ ਆ ਯੋ ਗਲੇ ਨੇ ਪੈਸੇ ਜੀ ਨੇ ਇਦਰੇ ਪੈਸੇ ਲਾਏ ਵੇ ਜੇ ਕਾਲੀਂ ਦੇ ਚਾਰ ਬੱਸਾਂ ਫਾੜ ਵੇ ਲਈ ਅਗਲੇ ਨੂੰ ਪੈਸੇ ਜੀ ਕਾ ਫੇਸ ਡਾਲਣੀ ਆ ਇਦਾਂ ਵੋਟਾਂ ਵੋਟਾਂ ਕਰਕੇ ਹੋਵਾ ਸਾਰਾ ਕੁਝ ਵਾਚਾਰ ਦਿਨ ਵੋਟਾਂ ਨਿਕਲਦੇ ਬਸ ਫੇਰ ਬਾਹੀ ਕੰਮ ਹੈ ਕੂੜੇ ਦੇ ਟਰੱਕ ਚੱਕ ਲਦੇ ਫੁਲਾੜਾ ਯੋ ਕਿ ਬਾਤਾਂ ਥੋੜੀ ਬਣਾ ਯਾਰ ਸਾਂਹ ਤੇ ਬਾਹਰ ਮੈਂ ਤਾਂ ਸਮਝੋ ਆ ਰੁਦਰ ਜੇ ਉਹ ਕੱਲੋ ਵੀਰਾ ਬਾਦਲਾਵਾਂ ਕਰ ਜਣਾ ਮੈਂ ਜਗਮੀਤ ਬਰਾੜ ਕਿ ਨਹੀਂ ਸਮਝ ਪੰਦੀ ਕਾ ਮੈਂ ਦੱਸਾਂ ਵੀ ਮੈਂ ਕੱਲੇ ਅੰਗਰਾਹ ਕਿਉਂ ਚੁਣਿਆ ਲੈ ਦੱਸ ਇੱਕ ਟਾਈਮ ਹੋਏ ਕਰਤਾ ਯੋ ਬੰਦਾ ਯੋ ਜਗਮੀਤ ਬਰਾੜਾਂ ਹਾਂ ਇਹ ਕਹੇ ਕਰਤਾ ਮੇਰੇ ਬਾਪੂ ਦਾ ਕਾਤਲ ਬਾਦਲ ਬਾਦਲ ਕਹਿੰਨ ਨੇ ਬਾਦਲ ਸਰਕਾਰ ਨੇ ਕਹਾ ਮੇਰਾ ਬਾਪੂ ਇਹ ਕਾਤਲ ਕਰਤੇ ਆ ਹੁਣ ਪਾ ਦੋ ਸਲਾਇ ਕਰਤਾ ਆ ਰਾਜ ਇਹੋ ਬਾਪੂ ਬਾਦਲ ਦਾ ਪੋਤਾ ਜਿਹੜਾ ਇਸੀ ਗੱਲ ਫੋਟੋ ਪਾ ਕੇ ਕਹਿਣਾ ਬਹੁਤ ਖ ਯਾਦਗਾਰੀ ਤਸਵੀਰ ਬਣ ਗਈ ਲੈ ਦੱਸ ਇਹ ਕੋਈ ਸਟੈਂਡ ਹੈ ਕਿ ਸਾਈਕਲ ਦਾ ਵੀ ਸਟੈਂਡ ਹੋਵਾ ਇਹ ਕਿਉ ਹੋ ਗਿਆ ਇਹ ਕਿਉ ਰੰਮੂ ਵਾਲੀਆ ਇੱਕ ਦੋ ਹੋਰ ਇਹਨਾਂ ਦਾ ਕੋਈ ਸਟੈਂਡ ਨਹੀਂ ਵੀਰੇ ਜਿਹੜਾ ਜਿੱਧਰ ਨੂੰ ਮੜੇ ਆ ਰਸਤਾ ਤੇ ਦਿਖਾ ਉਧਰ ਲੰਘ ਜਾ ਕਦੇ ਕਾਂਗਰਸਾਂ માં ਕਦੇ ਤਿਰਮੂਲ ਕਾਂਗਰਸਾਂ માં ਆ ਕਦੇ ਖਾਲੀਆਂ માં ਆ ਰਿਹਾ ਤਾਂ ਸ਼ੁਗਰ ਕਰੋ ਯਾ ਟਿਕਟ ਮਿਲ ਗਈ ਵੀਰਾ ਇਹ ਕਾਲੀ ਟਿਕਟ ਨਾ ਦੰਦ ਇਹ ਤਾਂ ਫੇਰ ਲੰਘ ਗਿਆ ਤਾਂ ਕਿਸੇ ਹੋਰ ਪਾਰਟੀ માં ਗਰੰਟੀ ਦੀ ਤੇ ਲੋਗਾਰ ਲਾਡਾ ਡਿਸਕਰਨਲ ਪ੍ਰੋਗਰਾਮ ਦੇ ਵਿੱਚ ਆਪਾਂ ਲੈ ਆਂ ਛੋੜੀ ਬ੍ਰੇਕ ਨਾ ਬ੍ਰੇਕ ਨਹੀਂ ਆਪਾਂ ਆ ਪਾਲਿਆ ਥਾਰੇ ਦੇ ਇਜਾਜ਼ਤ ਔਰ ਕੱਲੂ ਸਿੱਟਾਂ ਥਾਰੇ ਗੱਲ ਫੇਰ ਕਰਾਂਗੇ ਸਿੱਧੀ ਗੱਲ ਬਾਤ ਇਹ ਸਾਰੇ ਲਾਡੇ ਕੀ ਪਿਆਰ ਭਰੀ ਸਾਸਰੀ